ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਦੱਸ ਦਈਏ ਕਿ ਜੋ ਕੈਨੇਡਾ ਦੇ ਮੌਜੂਦ ਹਾਲਾਤ ਹਨ, ਉਸ ਵਿੱਚ 9,712 ਵਿਅਕਤੀ ਚੱਲ ਰਹੇ ਸੰਕਟ ਦੀ ਚਪੇਟ ਦੇ ਵਿੱਚ ਆ ਗਏ ਹਨ ਅਤੇ 111 ਵਿਅਕਤੀ ਕੈਨੇਡਾ ਵਿੱਚ ਦੁਨੀਆ ਤੋਂ ਚਲੇ ਗਏ ਹਨ। ਇਸ ਸੰਕਟ ਬਾਰੇ ਜਦੋਂ ਸਰਕਾਰ ਨਾਲ ਗੱਲਬਾਤ ਕੀਤੀ ਤਾਂ ਸਰਕਾਰ ਨੇ ਇੱਕ ਹੋਰ ਨਵਾਂ ਖੁਲਾਸਾ ਕਰਦੇ ਹੋਏ ਕਿਹਾ ਕਿ ਇਸ ਸਮੇਂ ਐਮਰਜੈਂਸੀ ਇੱਕ ਨਹੀਂ ਬਲਕਿ ਦੋ ਚੱਲ ਰਹੀਆਂ ਹਨ। ਪਹਿਲੀ ਤਾਂ ਦੇਸ਼ ਦੇ ਕੁਝ ਲੋਕ ਇਸ ਚੱਲ ਰਹੇ ਸੰਕਟ ਦੇ ਵਿੱਚ ਫਸੇ ਹੋਏ ਹਨ ਅਤੇ ਦੂਸਰਾ ਐਮਰਜੈਂਸੀ ਦੀ ਸਥਿਤੀ। ਜੋ ਬੇਘਰ ਲੋਕ ਹਨ ਉਹ ਡਰ ਦੇ ਵਿੱਚ ਆਪਣਾ ਆਪਾ ਖੋ ਰਹੇ ਹਨ ਅਤੇ ਮਾਨਸਿਕ ਪਰੇਸ਼ਾਨੀਆਂ ਵਿੱਚ ਨਸ਼ੇ ਦੀ ਓਵਰਡੋਸ ਲੈ ਕੇ ਆਪਣੀ ਜਾਨਾਂ ਤੋਂ ਹੱਥ ਗਵਾ ਰਹੇ ਹਨ। ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਧ ਨਸ਼ਾ ਲੈ ਕੇ 8 ਲੋਕ ਇਸ ਦੁਨੀਆ ਤੋਂ ਚਲੇ ਗਏ। ਇਹਨਾਂ ਹਾਲਾਤਾਂ ਵਿੱਚ ਜੋ ਲੋਕ ਜ਼ਿਆਦਾ ਖਤਰੇ ਵਿੱਚ ਹਨ ਉਹ ਬੇਘਰ ਲੋਕ ਹਨ ਜੋ ਕਿ ਇਸ ਖਤਰੇ ਨੂੰ ਨਾ ਸਮਝ ਹੋਏ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਰਕਾਰ ਵੱਲੋਂ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ 2 ਐਮਰਜੈਂਸੀਆਂ ਬਣੀਆਂ ਹੋਈਆਂ ਹਨ। ਉਸ ਤੋਂ ਬਾਅਦ ਦੋਸਤੋ ਕੈਨੇਡਾ ਤੋਂ ਇੱਕ ਚੰਗੀ ਖਬਰ ਵੀ ਆ ਰਹੀ ਹੈ। ਜਿਵੇਂ ਕਿ ਅਸੀਂ ਪਿਛਲੀ ਖਬਰ ਵਿੱਚ ਦੱਸਿਆ ਸੀ ਕਿ ਕੈਨੇਡਾ ਸਰਕਾਰ ਬਿਜ਼ਨਸਮੈਨਾਂ ਦੇ ਪ੍ਰਤੀ ਚਿੰਤਤ ਹੈ ਅਤੇ ਉਹਨਾਂ ਦੀ ਮਦਦ ਕਰਨ ਦੀ ਵਿਚਾਰ ਵੀ ਕਰ ਰਹੀ ਹੈ। ਹੁਣ ਕੈਨੇਡਾ ਸਰਕਾਰ ਨੇ ਇਸ ਚੀਜ਼ 'ਤੇ ਮੂਲ ਰੂਪ ਵਿੱਚ ਐਕਸ਼ਨ ਲੈਂਦਿਆਂ ਇੱਕ ਵੈਬਸਾਈਟ ਲਾਂਚ ਕੀਤੀ ਹੈ ਜਿਸ 'ਤੇ ਸਾਰੇ ਸਪਲਾਇਰ ਆਪਣਾ ਡਾਟਾ ਭਰ ਕੇ ਹੋਲਸੇਲ ਦੇ ਵਿੱਚ ਚੀਜ਼ਾਂ ਨੂੰ ਖਰੀਦ ਸਕਦੇ ਹਨ ਅਤੇ ਚੀਜ਼ਾਂ ਦਾ ਸਟੋਕ ਰੱਖ ਸਕਦੇ ਹਨ ਅਤੇ ਫਿਰ ਕੰਟੈਕਟ ਕਰਕੇ ਅੱਗੇ ਆਪਣੀਆਂ ਚੀਜ਼ਾਂ ਨੂੰ ਵੇਚ ਸਕਦੇ ਹਨ। ਸਰਕਾਰ ਨੇ ਕਿਹਾ ਕਿ ਹਾਲਾਤਾਂ ਨੂੰ ਦੇਖਦਿਆਂ ਕਾਫ਼ੀ ਲੋਕ ਆਪਣਾ ਬਿਜ਼ਨਸ ਬਦਲ ਰਹੇ ਸਨ, ਜਿਵੇਂ ਕਿ ਉਦਾਹਰਣ ਦੇ ਤੌਰ 'ਤੇ ਓਇਲ ਵਾਲੀਆਂ ਕੰਪਨੀਆਂ ਵੀ ਹੈਂਡ ਸੈਨੇਟਾਈਜ਼ਰ ਬਣਾਉਣ ਵਿੱਚ ਲੱਗ ਪਈਆਂ। ਉਹਨਾਂ ਕਿਹਾ ਕਿ ਸਾਡੀ ਸਰਕਾਰ ਲਈ ਠੀਕ ਵੀ ਸੀ ਕਿ ਜਿਸ ਚੀਜ਼ ਦੀ ਲੋਕਾਂ ਦੇ ਵਿੱਚ ਮੰਗ ਵਧੀ ਹੋਈ ਹੈ ਉਸ ਚੀਜ਼ ਲੋਕਾਂ ਤੱਕ ਮੁਹੱਈਆ ਹੋ ਸਕੇ। ਇਸ ਲਈ ਸਰਕਾਰ ਇਹਨਾਂ ਸਪਲਾਇਰਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਕੇ ਇਹਨਾਂ ਦਾ ਸਾਥ ਦੇਵੇਗੀ ਕਿਉਂਕਿ ਇਸ ਦੇ ਵਿੱਚ ਸਰਕਾਰ ਦਾ ਵੀ ਫਾਇਦਾ ਹੈ। ਤੀਸਰੀ ਖਬਰ ਦੋਸਤੋ, ਕੈਨੇਡਾ ਤੋਂ ਪੰਜਾਬੀ NRI ਸਟੂਡੈਂਟ ਅਤੇ ਵਰਕ ਵੀਜ਼ਾ ਪਰਮਿਟ ਵਾਲਿਆਂ ਲਈ ਰਾਹਤ ਭਰੀ ਆ ਰਹੀ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਜੋ ਲੋਕ ਬਾਹਰੋਂ ਆਉਂਦੇ ਹਨ, ਪ੍ਰਵਾਸੀ ਹਨ, ਉਹਨਾਂ ਕੋਲ ਕੈਨੇਡਾ ਦੇ ਵਿੱਚ ਆਪਣਾ ਘਰ ਨਹੀਂ ਹੈ ਅਤੇ ਉਹ ਕਿਰਾਏ 'ਤੇ ਹੀ ਰਹਿੰਦੇ ਹਨ। ਇਸ ਕਰਫਿਊ ਦੇ ਚੱਲਦਿਆਂ ਜ਼ਿਆਦਾ ਵੱਡਾ ਸੰਕਟ ਉਹਨਾਂ 'ਤੇ ਇਹੀ ਆਇਆ ਹੈ ਕਿ ਕਾਫ਼ੀ ਸਮੇਂ ਤੋਂ ਉਹਨਾਂ ਕੋਲੋਂ ਕਿਰਾਇਆ ਨਹੀਂ ਭਰਿਆ ਜਾ ਰਿਹਾ। ਫਿਰ ਲੰਬੇ ਸਮੇਂ ਤੋਂ ਸਰਕਾਰ ਇਸ ਮੁਸ਼ਕਲ ਦਾ ਹੱਲ ਕਰਨ ਲਈ ਵਿਚਾਰ ਵੀ ਕਰ ਰਹੀ ਸੀ। ਸਰਕਾਰ ਨੇ ਹੁਣ ਅਖੀਰ ਇਸ ਪ੍ਰਤੀ ਕੁਝ ਨਿਯਮ ਵੀ ਬਣਾ ਦਿੱਤੇ ਹਨ ਜੋ ਕਿ ਇਸ ਪ੍ਰਕਾਰ ਹਨ। ਇਸ ਐਮਰਜੈਂਸੀ ਦੇ ਵਿੱਚ ਪਹਿਲੀ ਤਰੀਕ ਆ ਗਈ ਹੈ ਅਤੇ ਜੇਕਰ ਕੋਈ ਕਿਰਾਏਦਾਰ ਪ੍ਰਭਾਵਿਤ ਹੋਣ ਕਾਰਨ ਕਿਰਾਇਆ ਨਹੀਂ ਦੇ ਪਾ ਰਿਹਾ ਤਾਂ ਮਕਾਨ ਮਾਲਕ ਉਸ ਨੂੰ ਘਰੋਂ ਨਹੀਂ ਕੱਢ ਸਕਦਾ। ਸਰਕਾਰ ਨੇ ਇਸ ਪ੍ਰਤੀ ਜੋ ਸਰਕਾਰੀ ਨੋਟਿਸ ਦਿੱਤਾ ਜਾਂਦਾ ਹੈ ਕਿ ਕਿਰਾਏਦਾਰ ਨੂੰ ਕੱਢਿਆ ਜਾਵੇ, ਉਸ ਨੋਟਿਸ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ। ਅੱਗੇ ਕਿਹਾ ਕਿ ਕੋਈ ਵੀ ਮਕਾਨ ਮਾਲਕ ਅਗਰ ਇਸ ਨੋਟਿਸ ਰਾਹੀਂ ਕਿਸੇ ਕਿਰਾਏਦਾਰ ਨੂੰ ਕੱਢਦਾ ਹੈ ਤਾਂ ਅਦਾਲਤ ਵਿੱਚ ਉਸ ਮਕਾਨ ਮਾਲਕ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ। ਇਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਅਸੀਂ ਮਕਾਨ ਮਾਲਕ ਦੀ ਪਰੇਸ਼ਾਨੀ ਵੀ ਸਮਝਦੇ ਹਾਂ, ਇਸ ਕਾਰਨ ਅਗਰ ਕੋਈ ਵੀ ਮਕਾਨ ਮਾਲਕ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਇਸ ਦੀ ਜਾਣਕਾਰੀ ਸਰਕਾਰੀ ਵੈਬਸਾਈਟ 'ਤੇ ਦੇ ਕੇ $250 ਪਰ ਮੰਥ ਦੇ ਲੈ ਸਕਦਾ ਹੈ। ਅੱਗੇ ਉਹਨਾਂ ਕਿਹਾ ਕਿ ਇਸ ਸਿਹਤ ਐਮਰਜੈਂਸੀ ਵਿੱਚ ਜੋ ਵੀ ਹੋਮ ਸਟੇ ਰਹੇਗਾ ਉਸ ਨੂੰ $573 ਹੈਲਪ ਵਜੋਂ ਸਰਕਾਰ ਵੱਲੋਂ ਦਿੱਤੇ ਜਾਣਗੇ। ਇਸ ਤੋਂ ਬਾਅਦ ਸਰਕਾਰ ਨੇ ਇੱਕ ਨੋਟਿਸ ਹੋਰ ਵੀ ਕੱਢਿਆ ਕਿ ਜਦੋਂ ਤੱਕ ਇਹ ਸਭ ਖਤਰਾ ਨਹੀਂ ਟਲ ਜਾਂਦਾ ਉਦੋਂ ਤੱਕ ਕੋਈ ਵੀ ਮਕਾਨ ਮਾਲਕ ਕਿਰਾਇਆ ਨਹੀਂ ਵਧਾ ਸਕੇਗਾ। ਇਸ ਤੋਂ ਬਾਅਦ ਅਗਲੀ ਵੱਡੀ ਖਬਰ ਕੈਨੇਡਾ ਦੇ ਸਕੂਲਾਂ ਤੋਂ ਆ ਰਹੀ ਹੈ ਕਿ ਸਕੂਲਾਂ ਦੇ ਵਿੱਚ ਸਪਰਿੰਗ ਬ੍ਰੇਕ ਖਤਮ ਹੋ ਚੁੱਕੀ ਹੈ। ਇਸ ਵਕਤ ਪਿਛਲੇ ਸੋਮਵਾਰ ਲੋਕਾਂ ਦੇ ਸਕੂਲ ਲੱਗਣ ਦੀ ਤਰੀਕ ਸੀ, ਪਰ ਇਸ ਬੰਦ ਦੇ ਚੱਲਦਿਆਂ ਟੀਚਰ, ਸਟੂਡੈਂਟ ਅਤੇ ਮਾਪੇ ਸਭ ਪਰੇਸ਼ਾਨ ਹਨ ਅਤੇ ਕਰੀਏ ਤਾਂ ਕੀ ਕਰੀਏ। ਪਰੇਸ਼ਾਨੀ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ ਇਹ ਐਮਰਜੈਂਸੀ ਆਈ ਉਸ ਸਮੇਂ ਸਕੂਲਾਂ ਦੀਆਂ ਛੁੱਟੀਆਂ ਚੱਲਦੀਆਂ ਸਨ। ਟੀਚਰ ਜਾਂ ਸਟੂਡੈਂਟਾਂ ਨੂੰ ਇਸ ਆਫਤ ਦੇ ਆਉਣ ਬਾਰੇ ਕੁਝ ਵੀ ਨਹੀਂ ਸੀ ਪਤਾ, ਨਾ ਹੀ ਕਿਸੇ ਨੂੰ ਸਕੂਲ ਦੇ ਵਿੱਚ ਕੋਈ ਤਿਆਰੀ ਕਰਨ ਦਾ ਮੌਕਾ ਮਿਲਿਆ। ਹੁਣ ਟੀਚਰ ਯੂਨੀਅਨ ਇਸ ਵਿੱਚ ਵਿਚਾਰ ਕਰ ਰਹੀ ਹੈ ਕਿ ਬੱਚਿਆਂ ਨੂੰ ਔਨਲਾਈਨ ਪੜ੍ਹਾਇਆ ਤਾਂ ਕਿਵੇਂ ਪੜ੍ਹਾਇਆ ਜਾਵੇ। ਸਭ ਤੋਂ ਵੱਡੀ ਇਸ ਵਿੱਚ ਜੋ ਮੁਸ਼ਕਿਲ ਆ ਰਹੀ ਹੈ ਉਹ ਇਹ ਹੈ ਕਿ ਕਾਫ਼ੀ ਬੱਚਿਆਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਅਤੇ ਦੂਸਰਾ ਇਹ ਕਿ ਜੇਕਰ ਔਨਲਾਈਨ ਕਲਾਸਾਂ ਲਾਈਆਂ ਜਾਂਦੀਆਂ ਹਨ ਤਾਂ ਕਾਫ਼ੀ ਬੱਚੇ ਐਸੇ ਹਨ ਜਿੱਥੇ ਇੰਟਰਨੈਟ ਦੀ ਸਪੀਡ ਬਹੁਤ ਘੱਟ ਹੈ ਅਤੇ ਦੂਸਰੀ ਸਮੱਸਿਆ ਇਹ ਹੈ ਕਈ ਬੱਚਿਆਂ ਦੇ ਕੋਲ ਇੰਟਰਨੈਟ ਦੀ ਸੁਵਿਧਾ ਹੀ ਨਹੀਂ ਹੈ। ਇਸ 'ਤੇ ਸਭ ਬੱਚਿਆਂ ਨੂੰ ਪੜ੍ਹਾਉਣਾ ਇੱਕ ਚੁਣੌਤੀ ਬਣਿਆ ਹੋਇਆ ਹੈ। ਸਕੂਲ ਯੂਨੀਅਨ ਨੇ ਵੀ ਕਿਹਾ ਕਿ ਅਸੀਂ ਸਲਾਹ ਕਰ ਰਹੇ ਹਾਂ ਕਿ ਕਿਹੜੇ ਸਬਜੈਕਟ ਔਨਲਾਈਨ ਪੜ੍ਹਾਏ ਜਾ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਸਰਕਾਰ ਇਸ ਮਸਲੇ 'ਤੇ ਕੀ ਹੱਲ ਕੱਢਦੀ ਹੈ। ਤੁਸੀਂ ਸਭ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਤਹਿਲਕਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜੇ ਰਹਿਣਾ। ਧੰਨਵਾਦ ਜੀ।